ਉਹੀ ਸਵਾਲ ਕਹਿਣਾ ਚਾਹੁੰਦਾ ਹੈ ਕਿ ਜੋ ਕੋਟਪੁਰੇ ਹੋਇਆ ਹੈ ਤਾਂ ਐਡਾ ਵੱਡਾ ਜਿਹੜੀ ਜਥੇਬੰਦੀਆਂ ਉਦੋਂ ਰੌਲਾ ਪਾਉਣੀਆਂ ਸੀ, ਅੱਜ ਕਿਉਂ ਨਹੀਂ ਉਹ ਗੱਲ ਕਰਨੀ? ਕੱਲ੍ਹ ਜਿਵੇਂ ਬੁਰੀ ਤਰ੍ਹਾਂ ਸਿੱਖ ਭੈਣ ਭਰਾਵਾਂ ਦੀ ਪੱਗਾਂ ਲਾਈਆਂ ਗਈਆਂ, ਜਿਵੇਂ ਲਾਠੀਚਾਰਜ ਕੀਤਾ ਗਿਆ, ਜਿਵੇਂ ਉਹਨਾਂ ਨਾਲ ਧੱਕੇ ਕੀਤੇ ਗਏ, ਗਵਰਨਮੈਂਟ ਕਿਉਂ ਚੁੱਪ ਹੈ? ਅਤੇ ਖਾਸ ਕਰਕੇ ਜਿਹੜੇ ਬਰਗਾੜੀ ਅਤੇ ਦੂਜੇ ਜਿਹੜੇ ਮੋਰਚੇ ਜਿਹੜੇ ਜਥੇਬੰਦੀਆਂ ਸੀ ਉਹ ਕਿਉਂ ਚੁੱਪ ਹੈ? ਕਲੀਅਰਲੀ ਚੁੱਪ ਹੈ ਕਿਉਂਕਿ ਉਹ ਤਾਂ ਕਾਂਗਰਸ ਇੱਕ ਹੈ। ਉਹ ਜਥੇਬੰਦੀਆਂ ਨੇ ਕਿਤੇ ਵੀ ਰਾਹੁਲ ਗਾਂਧੀ ਜਦੋਂ ਬਰਗਾੜੀ ਗਿਆ, ਜਿਵੇਂ ਸਰਸਾ ਜੀ ਨੇ ਦੱਸਿਆ, ਉਹ ਗਾਂਧੀ ਜੀ ਨੇ ਸਭ ਤੋਂ ਵੱਡੀ ਬੇਅਦਬੀ ਮੀਨਸ ਟੈਂਕਾਂ ਤੋਪਣ ਦਰਬਾਰ ਸਾਹਿਬ ਹਮਲਾ ਕੀਤਾ। ਇੱਕ ਵੀ 40 ਕਾਲੀ ਝੰਡੀ ਨਹੀਂ ਦਿਖਾਈ, ਗਏ ਵੀ ਨਹੀਂ ਉੱਥੇ। ਆਹ ਸਾਰੀ ABCD ਟੀਮਾਂ ਕਾਂਗਰਸ ਦੀਆਂ ਨਿਸ਼ਾਨਾ ਸਾਰਿਆਂ ਦਾ ਪੰਥੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ। ਮੈਂ ਸਟਰੋਂਗਲੀ ਕੰਡੈਮ ਕਰਦਾ ਜੋ ਕੱਲ੍ਹ ਉਹਨਾਂ ਨੇ ਕੀਤਾ, ਐਂਡ ਸਟ੍ਰਿਕਟ ਐਕਸ਼ਨ ਉਹਨਾਂ ਨੂੰ ਲੈਣਾ ਚਾਹੀਦਾ ਹੈ ਜਿਹਨੇ ਅਫਸਰਾਂ ਨੇ ਕੀਤਾ। ਸਮੱਸਿਆ ਕੀ ਹੈ ਕਿ ਪੰਜਾਬ ਵਿੱਚ ਅਨਫੋਰਚੁਨੇਟਲੀ ਮੁੱਖ ਮੰਤਰੀ ਹੈ ਹੀ ਨਹੀਂ। ਮੁੱਖ ਜਿੱਥੇ ਸਟੂਬੇ ਦਾ ਹੈੱਡ ਹੀ ਨਾ ਹੋਏ, ਹੈੱਡ ਦਿਖੇ ਨਾ, ਕੋਈ ਹੈੱਡ ਨੂੰ ਕੋਈ ਮਿਲ ਨਾ ਸਕੇ, ਹੈੱਡ ਕੋਈ ਮੀਟਿੰਗ ਨਾ ਲਏ। ਮੁੱਖ ਮੰਤਰੀ ਨੂੰ ਪੁੱਛੋ ਕਿ ਪਿਛਲੇ 2 ਸਾਲਾਂ 'ਚ ਕਿੰਨੀ ਵਾਰ ਲੋਅ ਐਂਡ ਆਰਡਰ ਦੀ ਮੀਟਿੰਗ ਲਿੱਤੀ ਹੈ ਪੁਲਿਸ ਨਾਲ? ਇੱਕ ਵਾਰ ਵੀ ਨਹੀਂ ਲਿੱਤੀ। ਜਿਹੜਾ ਮੁੱਖ ਮੰਤਰੀ ਲੋਅ ਐਂਡ ਆਰਡਰ ਦੀ ਮੀਟਿੰਗ DGP ਨਾਲ ਜਾਂ ਪੁਲਿਸ ਡਿਪਾਰਟਮੈਂਟ ਨਾਲ ਨਹੀਂ ਲੈਂਦਾ, ਬਾਦਲ ਸਾਹਿਬ ਦੇ ਟਾਈਮ 'ਚ ਹਰ 15 ਦਿਨਾਂ ਬਾਅਦ ਮੀਟਿੰਗ ਹੁੰਦੀ ਸੀ, ਅਤੇ ਇੱਥੇ 2.5 ਸਾਲ ਨਹੀਂ ਹੋਈ। ਆਹ ਤਾਂ ਹਾਲਾਤ ਆ ਪੰਜਾਬ ਦੇ। ਮੈਂ ਉਹੀ ਬੋਲ ਰਹਾ ਹੂੰ ਕਿ ਆਜ ਹਰ SSP ਆਪਣੇ ਆਪ ਕੋ ਇੰਡੀਪੈਂਡੈਂਟ ਸਮਝ ਰਿਹਾ। ਬਿਊਰੋਕ੍ਰੇਸੀ ਰੂਲ ਕਰ ਰਹੀ ਹੈ, ਪੋਲੀਟੀਕਲ ਸਿਸਟਮ ਕੋਲੈਪਸ ਕਰ ਗਿਆ। ਪੋਲੀਟੀਕਲ ਸਿਸਟਮ ਆਨਸਰੇਬਲ ਪਬਲਿਕ ਨੂੰ ਹੁੰਦਾ, ਬਿਊਰੋਕ੍ਰੈਟ ਆਨਸਰੇਬਲ ਪਬਲਿਕ ਨੂੰ ਨਹੀਂ ਹੁੰਦਾ। ਸੋ ਹੁਣ ਅੱਜ ਅਨਫੋਰਚੁਨੇਟ ਪੰਜਾਬ 'ਚ ਬਿਊਰੋਕ੍ਰੈਟ ਰੂਲ ਕਰ ਰਿਹਾ, ਪੋਲੀਟੀਕਲ ਸਿਸਟਮ ਨਹੀਂ। ਆਹ ਸਵਾਲ ਉਹ ਪਰਮਾਤਮਾ ਦੇ ਹੱਥ 'ਚ ਹੈ ਸਾਰਾ ਕੁਛ। ਮੈਂ ਕਿਹਾ ਪਰਮਾਤਮਾ ਦੇ ਹੱਥ 'ਚ ਹੈ ਸਾਰਾ ਕੁਛ, ਕੀ ਪਤਾ ਤੁਹਾਡਾ ਦਾ ਲੱਗ ਜੇ।